हाँ जी बहुत सोना बोली है तू। हाँ जी, थैंक यू सर। मैं बस पूरा तेरा कल कर लाइव ही सुनता रहा मैं तेरा। हाँ जी सर, तड़िया ब्लेसिंग्स ही ने। थैंक यू सो मच सर। हाँ बहुत एक्साइटिंग तगड़ी हो तेरे। मैं आके मिलता 2-3 दिन होना। मैं हाँ मैं जी पता किया तू कहीं थी। हाँ जी आके हाँ जी मिलता तू। हाँ जी हाँ जी। थैंक यू सर। हाँ जी चंगा हाँ जी, सत श्री अकाल। सब तो पहले तो सारे ने प्यार भरी सत श्री अकाल। सिलेक्शन प्रोसेस सीधा जिवें कि मैं पहला भी दस्या है कि 2022 ਵਿੱਚ ਫਰਵਰੀ ਨੂੰ ਨੈਸ਼ਨਲ ਯੂਥ ਪਾਰਲੀਮੈਂਟ ਦੀ ਸੀਰੀਜ਼ ਆਈ ਸੀ, ਜਿੱਚੋਂ ਮੇਰਾ ਸੈਕਿੰਡ ਪੋਜੀਸ਼ਨ ਆਇਆ ਸੀਗਾ ਡਿਸਟ੍ਰਿਕਟ ਯੂਥ ਪਾਰਲੀਮੈਂਟ ਵਿੱਚੋਂ। ਅਤੇ ਉਸ ਤੋਂ ਬਾਅਦ ਫਿਰ ਮੈਂ ਸਟੇਟ ਯੂਥ ਪਾਰਲੀਮੈਂਟ ਵਿੱਚ ਗਈ, ਅਤੇ ਤਾਂ ਕਰਕੇ ਮੈਨੂੰ ਪ੍ਰੈਫਰੈਂਸ ਮਿਲੀ ਕਿਉਂਕਿ ਮੇਰਾ ਸੈਕਿੰਡ ਪੋਜੀਸ਼ਨ ਸੀ ਡਿਸਟ੍ਰਿਕਟ ਯੂਥ ਪਾਰਲੀਮੈਂਟ 'ਚੋਂ। ਅਤੇ ਉਹਨਾਂ ਨੇ ਫਿਰ ਮੈਨੂੰ 23 ਨਵੰਬਰ ਨੂੰ ਫੋਨ ਕੀਤਾ ਕਿ ਤੁਸੀਂ ਟ੍ਰਿਬਿਊਟ ਦਿਓਗੇ ਜਿਹੜੇ ਸਾਡੇ ਰਾਸ਼ਟਰ ਦੇ ਜਿਹੜੇ ਫਸਟ ਰਾਸ਼ਟਰਪਤੀ ਸੀਗੇ ਡਾਕਟਰ ਰਜਿੰਦਰ ਪ੍ਰਸਾਦ ਜੀ। ਅਤੇ ਦੋ ਸਕਰੀਨਿੰਗ ਦੇ ਬਾਅਦ ਜਿਹੜੀ ਆ ਮੇਰੀ ਫਿਰ ਸਿਲੈਕਸ਼ਨ ਹੋਏਗੀ ਐਜ਼ ਅ ਸਪੀਕਰ ਪਾਰਲੀਮੈਂਟ ਵਿੱਚ ਟੌਪ 7 ਸਟੇਜ। ਹਾਂਜੀ, 23 ਨਵੰਬਰ ਨੂੰ ਉਹਨਾਂ ਦਾ ਮੈਨੂੰ ਫੋਨ ਆਇਆ ਸੀ ਕਿ ਤੁਸੀਂ ਟ੍ਰਿਬਿਊਟ ਦਿਓਗੇ। ਅਤੇ ਉਸ ਤੋਂ ਬਾਅਦ 23 ਤੋਂ ਲੈ ਕੇ ਅਤੇ 3 ਤੱਕ ਦਾ ਸਫ਼ਰ, 3 ਦਸੰਬਰ ਤੱਕ ਦਾ ਸਫ਼ਰ ਜਿਹੜਾ ਮੇਰਾ ਸਾਰਾ ਸਪੀਚ ਨੂੰ ਐਡੀਟਿੰਗ ਕਰਦਿਆਂ ਰਸਤੇ ਵਿੱਚ ਵੀ, ਅਤੇ ਵੈਸੇ ਵੀ ਜਿਹੜਾ ਔਨਲਾਈਨ ਮੋਡ ਵਿੱਚ ਮੈਂ 2 ਕਿਤਾਬਾਂ ਪੜ੍ਹੀਆਂ ਸੀ ਡਾਕਟਰ ਰਜਿੰਦਰ ਪ੍ਰਸਾਦ ਜੀ ਤੇ, ਅਤੇ ਮੈਂ ਸੈਲਫ ਮੇਡ ਸਪੀਚ ਹੈ ਅਤੇ ਮੈਨੂੰ ਇੰਨਾ ਕੁ ਹਾਰਡਲੀ 1 ਵੀਕ 1 ਵੀਕ ਔਰ 2-3 ਦਿਨ ਉੱਪਰ ਇੰਨੇ ਕੁ ਲੱਗੇ। ਹਾਂਜੀ, ਉਹਨਾਂ ਦੀਆਂ ਸਭ ਤੋਂ ਪਹਿਲੀ ਸ਼ਰਤ ਤਾਂ ਇਹ ਸੀਗੀ ਕਿ ਕਿਸੇ ਦੇ ਸ਼ਬਦ ਨਾ ਚੋਰੀ ਕੀਤੇ ਜਾਣ, ਨਾ ਹੀ ਇੰਟਰਨੈਟ ਤੋਂ ਚੋਰੀ ਕੀਤੇ ਜਾਣ, ਅਤੇ ਨਾ ਹੀ ਕੋਈ ਤੁਸੀਂ ਯੂਟਿਊਬ ਤੋਂ ਕੋਈ ਵੀਡੀਓ ਵੇਖ ਕੇ ਹੂ ਬਹੂ ਉਹ ਸ਼ਬਦ ਵਰਤੋ। ਆਪਣਾ ਸੈਲਫ ਮੇਡ ਕੰਟੈਂਟ ਹੋਏ ਸਾਰਾ, ਅਤੇ ਸਾਰਾ ਜਿਹੜਾ ਕੰਟੈਂਟ ਹੋਏ ਕਿਸੇ ਦੇ ਉਮਰ, ਜਿਵੇਂ ਅਸੀਂ ਆਮਲੀ ਨੋਰਮਲੀ ਗੱਲ ਕਰਦੇ ਹਾਂ ਕਿ ਇਹਨਾਂ ਦਾ ਜਨਮ ਇੰਨੇ ਨੂੰ ਹੋਇਆ, ਇਹਨਾਂ ਦਾ ਜਿਹੜਾ ਮ੍ਰਿਤਿਊ ਇੰਨੇ ਨੂੰ ਹੋਈ, ਇਹ ਚੀਜ਼ ਨਾ ਹੋਏ, ਕੋਈ ਅਲੱਗ ਜਿਹਾ ਕੰਟੈਂਟ ਹੋਏ ਤਾਂ ਹੀ ਤੁਹਾਡੀ ਸਿਲੈਕਸ਼ਨ ਜਿਹੜੀ ਹੋਏਗੀ, ਅਤੇ ਤਾਂ ਹੀ ਤੁਸੀਂ ਟੌਪ 7 ਸਟੇਟ ਜਾਓਗੇ। ਹਾਂਜੀ, 3 ਮਿੰਟ ਦੀ ਮੇਰੀ ਸਪੀਚ ਹੀ, ਟੋਟਲ 21 ਸਪੀਕਰ ਸੀ ਜਿਹਚੋਂ 16ਵਾਂ ਨੰਬਰ ਮੇਰਾ ਸੀਗਾ। ਟੋਟਲ ਸਟੇਟਸ ਜਿੰਨੀਆਂ ਸਾਡੀਆਂ ਆਲ ਓਵਰ ਇੰਡੀਆ ਵਿੱਚ ਹੈ, ਅਤੇ ਯੂਟੀਜ਼ ਬਸ 2 ਹੀਗੀਆਂ, ਅਤੇ ਜਿਹੜੇ ਉੱਥੇ ਹਾਲ ਵਿੱਚ ਪ੍ਰੈਜੈਂਟ ਸੀਗੇ 100 ਸਟੂਡੈਂਟ ਸੀਗੇ ਟੋਟਲੀ, ਜਿਹਦੇ ਵਿੱਚੋਂ ਹਾਇਰ ਐਜੂਕੇਸ਼ਨ ਸਕੂਲ ਐਜੂਕੇਸ਼ਨ NCERT ਦੇ ਸੀਗੇ ਬੱਚੇ, ਉਹਨਾਂ ਦੇ ਪਾਰਲੀਮੈਂਟੇਰੀਅਨਸ ਖੁਦ ਦੇ ਹੀ ਜਿਹੜੇ ਟ੍ਰੇਨੀ ਸੀ ਉਹ ਸਾਰੇ ਬੱਚੇ ਉੱਥੇ ਮੌਜੂਦ ਸੀ। ਮੇਰੀ ਚੋਣ ਹੋਈ ਅਤੇ ਉਹਨਾਂ ਨੇ ਇੱਕ PDF ਦੀ ਫੋਰਮ ਵਿੱਚ ਰਿਜ਼ਲਟ ਕੱਢਿਆ, ਅਤੇ ਮੈਂ ਆਪਣੇ ਘਰਦਿਆਂ ਨੂੰ ਦੱਸਿਆ, ਸਾਡੇ ਸਾਰੇ ਰਿਸ਼ਤੇਦਾਰਾਂ ਨੂੰ, ਸਾਡੇ ਗਲੀ ਗਵਾਂਢ ਸਾਰਿਆਂ ਨੂੰ, ਮੀਡੀਆ ਦੀ ਸਹਾਇਤਾ ਦੇ ਨਾਲ ਹੀ ਪਤਾ ਚੱਲਿਆ ਕਿ ਮੇਰੀ ਸਿਲੈਕਸ਼ਨ ਹੋਈ ਆ। ਤੇ ਬਹੁਤ ਹੀ ਖੁਸ਼ੀ ਦਾ ਮਾਹੌਲ ਸੀ, ਤੇ ਇੱਕ ਮੇਰੇ ਮਨ ਚ ਇੱਕ ਇਹਨਾਂ ਸਾਰਿਆਂ ਲਈ ਖੁਸ਼ੀ ਦਾ ਹੀ, ਮੇਰੇ ਮਨ ਚ ਇੱਕ ਟੈਨਸ਼ਨ ਹੈਗੀ ਕਿ ਹੁਣ ਜ਼ਿੰਮੇਵਾਰੀ ਜ਼ਿਆਦਾ ਲੱਭ ਗਈ ਕਿਉਂਕਿ ਮੈਂ ਸਪੋਟ ਲਾਈਟ ਵਿੱਚ ਆ ਗਈ ਸੀ, ਤੇ ਬਾਕੀ ਮਾਲਕ ਦੀ ਮਿਹਰ ਨਾਲ, ਮੇਰੀ ਮਿਹਨਤ ਨਾਲ ਮੈਂ ਉੱਥੇ ਪੂਰੇ ਕੰਫੀਡੈਂਸ ਬੋਲੀ ਆ। ਜਦੋਂ ਪਾਰਲੀਮੈਂਟ ਦੇ ਸੈਂਟਰਲ ਹਾਲ ਵਿੱਚ ਸਪੀਚ ਹੋ ਰਹੀ ਸੀ, ਕਾਫੀ ਬੱਚੇ ਚੈਂਬਰਸ ਵੇਖ ਕੇ, ਜ਼ਿਆਦਾ ਬੱਚੇ ਜ਼ਿਆਦਾ ਕਰਾਊਡਡ ਏਰੀਆ ਵੇਖ ਕੇ ਫੰਬਲ ਕਰ ਰਹੇ ਸੀ, ਤੇ ਮੈਨੂੰ ਵੀ ਇਹੋ ਡਰ ਸੀਗਾ ਕਿ ਮੇਰੀ ਜਿਹੜੀ ਮਾਤ ਭਾਸ਼ਾ ਪੰਜਾਬੀ ਆ, ਤੇ ਮੈਂ ਪੰਜਾਬੀ ਹੀ ਵਧੀਆ ਤਰੀਕੇ ਨਾਲ ਬੋਲਦੀ, ਕਿਆ ਮਤਲਬ ਮੈਂ ਹਿੰਦੀ ਬੋਲਦੀ ਬੋਲਦੀ ਪੰਜਾਬੀ ਨਾਲ ਬੋਲ ਜਾਂ, ਪਰ ਨਹੀਂ, ਮੇਰੇ 'ਚ ਇੱਕ ਕੰਫੀਡੈਂਸ ਸੀਗਾ ਉਹ ਸਾਹਮਣੇ ਲੱਗੀ ਕੁਰਸੀ ਨੂੰ ਵੇਖ ਕੇ ਕਿ ਸਾਰੇ ਚੈਂਬਰਸ ਵਿੱਚ ਲੋਕਾਂ ਨੂੰ ਵੇਖ ਕੇ ਕਿ ਨਹੀਂ, ਮੈਂ ਆਪਣੇ ਜੇ ਰਿਪ੍ਰੈਜੈਂਟ ਕਰਨ ਆਈ ਡੇਰਾ ਬਾਬਾ ਨਾਨਕ ਤੋਂ ਦਿੱਲੀ ਤੱਕ ਇੰਨੀ ਦੂਰ, ਤੇ ਮੈਂ ਪੂਰੀ ਤਰ੍ਹਾਂ ਰਿਪ੍ਰੈਜੈਂਟ ਕਰਕੇ ਜਾਵਾਂਗੀ। ਐਕਚੁਅਲੀ ਸਾਡੇ ਸਾਹਮਣੇ ਸੈਂਟਰਲ ਹਾਲ ਵਿੱਚ ਤਾਂ ਇੱਕ ਚੇਅਰ ਹੀ ਲੱਗੀ ਸੀ ਜਿਹੜੇ ਉਹਨਾਂ ਦੇ ਹਾਊਸ ਆਫ ਸਪੀਕਰ ਹੁੰਦੇ ਨੇ, ਤੇ ਸਾਨੂੰ ਡਿਊ ਟੂ ਸਿਕਿਉਰਿਟੀ ਪਰਪਸ ਕਰਕੇ ਪਿੱਛੇ ਬਾਰ ਬਾਰ ਮੁੜਨ ਦਾ ਜਾਂ ਇੱਕ ਦੂਸਰੇ ਨਾਲ ਗੱਲਾਂ ਕਰਨ ਦਾ ਕੋਈ ਉਹਨਾਂ ਨੇ ਨਹੀਂ ਦੱਸਿਆ। ਉਹ ਕਹਿੰਦੇ ਜਸਟ ਤੁਸੀਂ ਆਪਣੀ ਸੀਟ ਤੇ ਸਿੱਟ ਰਹੋ, ਤੇ ਬਾਕੀ ਸਾਰਾ ਪ੍ਰਸਾਰਣ ਲਾਈਵ ਦੇ ਜਾਂ ਹੀ ਸਾਨੂੰ ਪਤਾ ਲੱਗੇਗਾ ਕਿ ਕਿਹੜੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਆਏ ਸੀ। ਹਾਂਜੀ, ਚਾਹੁੰਦਾ ਇਹੋ ਕਿ ਅਧਿਆਪਕ ਕਿੱਤਾ ਅਪਣਾਉਣਾ ਮੈਂ ਗਰਾਊਂਡ ਲੈਵਲ ਤੇ ਜਾ ਕੇ, ਜਿਵੇਂ ਮੈਂ ਇਸ ਸਰਹੱਦੀ ਇਲਾਕੇ ਚੋਂ, ਮੇਰੇ ਅਧਿਆਪਕ ਸਾਹਿਬਾਨਾਂ ਨੇ, ਮੇਰੇ ਪਰਿਵਾਰ ਨੇ, ਤੇ ਤੁਹਾਡੇ ਸਾਰਿਆਂ ਦੇ ਸਦਕਾ ਮੇਰੀ ਯੋਗਤਾ ਵਿੱਚੋਂ ਯੋਗਤਾ ਪਛਾਣਿਆ ਵਾ, ਤੇ ਉਵੇਂ ਹੀ ਮੈਂ ਚਾਹੁੰਦੀ ਹਾਂ ਕਿ ਮੈਂ ਵੀ ਅਧਿਆਪਕ ਕਿੱਤਾ ਅਪਣਾਵਾਂ, ਤੇ ਗਰਾਊਂਡ ਲੈਵਲ ਚੋਂ ਇਹੋ ਜਿਹੇ ਬੱਚੇ ਆਪਣੇ ਤੋਂ ਵੀ ਅੱਗੇ ਵਾਲੇ ਬੱਚੇ ਕੱਢਾਂ, ਤਾਂ ਜੋ ਡੇਰਾ ਬਾਬਾ ਨਾਨਕ ਦਾ ਨਾਮ ਚਮਕਾ ਕੇ ਜਾ। ਮੈਂ ਇਹੋ ਕਹਿਣਾ ਚਾਹੁੰਦੀ ਹਾਂ ਕਿ ਜਦੋਂ ਮੈਂ ਉੱਥੇ ਗਈ ਤੇ ਮੈਂ ਇੱਕ ਵਾਰੀ ਵੇਖ ਕੇ ਬਹੁਤ ਹੀ ਸ਼ੌਕ ਹੋਈ ਕਿ ਅਰੁਣਾਚਲ ਪ੍ਰਦੇਸ਼ ਤੋਂ, ਮਹਾਰਾਸ਼ਟਰ ਤੋਂ ਬਹੁਤ ਸਾਰੀਆਂ, ਮੁੰਡਿਆਂ ਦੇ ਮੁਤਾਬਿਕ ਕੁੜੀਆਂ ਬਹੁਤ ਸਾਰੀਆਂ ਹੀ, ਸਾਡੇ ਵੀ ਟੌਪ 7 ਸਟੇਟ ਚੋਂ ਬਸ ਇੱਕ ਹੀ ਮੁੰਡਾ ਹੀ ਮਹਾਰਾਸ਼ਟਰ ਤੋਂ, ਬਾਕੀ 6 ਦੀਆਂ 6 ਸਾਰੀਆਂ ਕੁੜੀਆਂ ਹੀ ਇੱਕ ਤਾਮਿਲਨਾਡੂ ਤੋਂ, ਮੱਧ ਪ੍ਰਦੇਸ਼ ਤੋਂ, ਝਾਰਖੰਡ ਤੋਂ, ਰਾਜਸਥਾਨ ਤੋਂ। ਤੇ ਜੇ ਮੇਰੇ ਵੀ ਮਾਪੇ ਜਿਹੜੇ ਮੈਨੂੰ ਵੀ ਘਰੇ ਬਿਠਾ ਲੈਂਦੇ ਕਿ ਡੇਰਾ ਬਾਬਾ ਨਾਨਕ ਤੋਂ ਦਿੱਲੀ ਕਿਵੇਂ ਜਾਣਾ ਹੈ, ਕੀ ਕਰਨਾ ਆ ਤੂੰ ਉੱਥੇ ਜਾ ਕੇ, ਤੇ ਅੱਜ ਮੈਨੂੰ ਆਹ ਦਿਨ ਨਾ ਦੇਖਣਾ ਪੈਂਦਾ। ਇਸ ਲਈ ਮੈਂ ਇਹੋ ਹੀ ਕਹਾਂਗੀ ਕਿ ਪੈਸ਼ਨ ਨੂੰ ਫੋਲੋ ਕਰੋ, ਆਪਣੀ ਜੋ ਵੀ ਤੁਹਾਡਾ ਪੈਸ਼ਨ ਆ, ਤੇ ਘਰਦਿਆਂ ਨੂੰ ਵੀ ਕਹਾਂਗੀ ਕਿ ਜ਼ਰੂਰ ਸਪੋਰਟ ਦਵੋ। ਜਦੋਂ ਮੈਂ ਵਾਪਸ ਆਈ, ਜਦੋਂ ਮੈਂ ਗਈ ਉਦੋਂ ਤਾਂ ਸਾਰਿਆਂ ਨੇ ਬਲੈਸਿੰਗਸ ਦਿੱਤੀਆਂ, ਜਦੋਂ ਮੈਂ ਵਾਪਸ ਆਈ ਤੇ ਇਹ ਮੇਰਾ ਸਰਪ੍ਰਾਈਜ਼ ਸੀਗਾ ਮੇਰੇ ਲਈ ਇੱਕ ਤਰ੍ਹਾਂ ਦਾ, ਤੇ ਮੈਂ ਨਹੀਂ ਵਰਡਸ ਵਿੱਚ ਐਕਸਪਲੇਨ ਕਰ ਸਕਦੀ।
ਤੇ ਹੁਣੇ ਮੈਨੂੰ ਸਾਡੇ ਜਿਹੜੇ ਪੰਜਾਬ ਦੇ ਹੀਗੇ ਫਾਰਮਰ ਡਿਪਟੀ ਸੀਐਮ ਸਰ, ਉਹਨਾਂ ਨੇ ਜਦੋਂ ਜਾਣ ਤੋਂ ਪਹਿਲਾਂ ਵੀ ਮੈਨੂੰ ਬਲੇਸਿੰਗਸ ਦਿੱਤੀਆਂ ਆਪਣੇ ਸਾਰੇ ਸੋਸ਼ਲ ਮੀਡੀਆ ਹੈਂਡਲਸ ਤੇ, ਮੈਨੂੰ ਟੈਗ ਕਰਕੇ ਮੈਨੂੰ ਬਲੇਸਿੰਗਸ ਦਿੱਤੀਆਂ, ਬੈਸਟ ਆਫ ਲੱਕ ਆ। ਤੇ ਹੁਣ ਵੀ ਉਹਨਾਂ ਦਾ ਰੀਸੈਂਟਲੀ ਫੋਨ ਆਇਆ ਹੀਗਾ ਇੰਟਰਵਿਊ ਦੇ ਦੌਰਾਨ ਹੀ। ਪ੍ਰਾਊਡ ਹੈ ਜੀ, ਬੱਚੀ ਤੇ ਬਹੁਤ ਮਾਣ ਹੈ, ਬੱਚੀ ਨੇ ਆਪਣਾ ਨਾਮ, ਪਰਿਵਾਰ ਦਾ ਨਾਮ ਔਰ ਸ਼ਹਿਰ ਦਾ ਨਾਮ ਬਹੁਤ ਰੋਸ਼ਨ ਕੀਤਾ। ਬਹੁਤ ਖੁਸ਼ੀ ਵਾਲਾ ਦਿਨ ਹੈ ਸਾਡੇ ਲਈ। ਬੱਚੀ ਸ਼ੁਰੂ ਤੋਂ ਹੀ ਸਟੱਡੀ ਲੈਵਲ ਵਿੱਚ ਜਦੋਂ ਅਸੀਂ ਉੱਥੇ, ਸਾਨੂੰ ਪਤਾ ਕਿ ਬੱਚੀ ਲਾਇਕ ਹੈ, ਤੇ ਟੀਚਰ ਸਾਹਿਬਾਨ ਵੀ ਦੱਸਦੇ ਸੀ ਇਹਦੀ ਲੈਂਗੁਏਜ, ਇਹਨੇ ਬਾਡੀ ਲੈਂਗੁਏਜ ਸਕੂਲ ਲੈਵਲ ਤੇ ਸਪੀਚ ਦਿੰਦੇ ਕਿ ਇੱਕ ਨਾ ਇੱਕ ਦਿਨ ਇਹ ਕਾਫੀ ਅੱਗੇ ਤਰੱਕੀ ਕਰੇਗੀ। ਮਾਂ ਬਾਪ ਨੂੰ ਚਾਹੀਦਾ ਕਿ ਜਿਹੜਾ ਲੜਕੀ ਹੈ ਜਾਂ ਕੋਈ ਲੜਕਾ ਜੇ ਕੋਈ ਪੜ੍ਹਦੇ ਨੇ, ਉਹਨਾਂ ਨੂੰ ਲੜਕੀ ਦਾ ਜਿਹੜੀ ਪੂਰੀ ਪੂਰੀ ਸਪੋਰਟ ਕਰਨੀ ਚਾਹੀਦੀ ਹੈ, ਪੂਰਾ ਪੂਰਾ ਸਹਿਯੋਗ ਦੇਣਾ ਚਾਹੀਦਾ। ਲੜਕੀਆਂ ਨੂੰ ਲੜਕਿਆਂ ਨਾਲ ਘੱਟ ਨਹੀਂ ਆਖਣਾ ਚਾਹੀਦਾ। ਅੱਜ ਸਾਡੀ ਲੜਕੀ ਜਿੱਥੇ ਪਹੁੰਚੀ, ਕੱਲ੍ਹ ਹੋਰ ਵੀ ਮੇਰੀਆਂ ਧੀਆਂ ਇੱਥੇ ਪਹੁੰਚ ਸਕਦੀਆਂ ਨੇ।